ਭਵਾਨੀਗੜ੍ਹ ਦੀ ਸੰਘਣੀ ਆਬਾਦੀ ਵਾਲੇ ਅਜੀਤ ਨਗਰ ਦੇ ਵਿੱਚ ਦੇਰ ਰਾਤ ਕੋਈ ਵਿਅਕਤੀ ਸੂਰਾਂ ਦਾ ਭਰ ਕੇ ਟੈਂਪੂ ਮੁਹੱਲੇ ਦੇ ਵਿੱਚ ਛੱਡ ਗਿਆ ਹੈ। ਇਹਨਾਂ ਸੂਰਾਂ ਨੇ ਮੁਹੱਲੇ ਦੇ ਵਿੱਚ ਜਿੱਥੇ ਆਤੰਕ ਮਚਾ ਰੱਖਿਆ ਹੈ, ਇਸ ਤੋਂ ਇਲਾਵਾ ਥਾਂ ਥਾਂ ਗੰਦਗੀ ਵੀ ਫੈਲਾ ਰੱਖੀ ਹੈ। ਨਾਲ ਹੀ ਇਹ ਸੂਰ ਡਰ ਅਤੇ ਸਹਿਮ ਦਾ ਮਾਹੌਲ ਵੀ ਪੈਦਾ ਕਰ ਰਹੇ ਨੇ, ਕਿਉਂਕਿ ਇਸ ਤੋਂ ਪਹਿਲਾਂ ਲੋਕ ਕਰੋਨਾ ਮਹਾਂਮਾਰੀ ਦੀ ਜੰਗ ਲੜ ਰਹੇ ਨੇ ਅਤੇ ਅਚਾਨਕ ਵੱਡੀ ਗਿਣਤੀ ਦੇ ਵਿੱਚ ਮੁਹੱਲੇ ਦੇ ਵਿੱਚ ਸੂਰਾਂ ਦਾ ਆਉਣਾ ਲੋਕਾਂ ਦੇ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁਹੱਲੇ ਦੇ ਲੋਕਾਂ ਨੇ ਦੱਸਿਆ ਹੈ ਕਿ ਕੋਈ ਵਿਅਕਤੀ ਟੈਂਪੂ ਦੇ ਵਿੱਚ ਸੂਰ ਲੱਦ ਕੇ ਇੱਥੇ ਛੱਡ ਕੇ ਗਿਆ। ਉਸਦਾ ਕੀ ਮਕਸਦ ਹੈ, ਕਿਉਂ ਇੰਨੇ ਮਹਿੰਗੇ ਸੂਰ ਮੁਹੱਲੇ ਦੇ ਵਿੱਚ ਛੱਡੇ ਗਏ ਨੇ? ਲੋਕ ਇਸ ਨੂੰ ਆਪਣੇ ਤਰੀਕੇ ਦੇ ਨਾਲ ਕਈ ਤਰ੍ਹਾਂ ਦੇ ਨਾਲ ਜੋੜ ਕੇ ਦੇਖ ਰਹੇ ਨੇ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਘੁੰਮ ਰਹੇ ਸੂਰਾਂ ਨੂੰ ਤੁਰੰਤ ਫੜ ਕੇ ਕਿਤੇ ਦੂਰ ਦੁਰਾਡੇ ਛੱਡਿਆ ਜਾਵੇ, ਤਾਂ ਜੋ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਡਰ ਦੂਰ ਹੋ ਸਕੇ। ਇਸ ਤੋਂ ਇਲਾਵਾ ਭਵਾਨੀਗੜ੍ਹ ਪੁਲਿਸ ਨੇ ਵੀ ਮੰਨਿਆ ਹੈ ਕਿ ਉਹਨਾਂ ਨੂੰ ਇਹਨਾਂ ਸੂਰਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਉਹਨਾਂ ਆਖਿਆ ਹੈ ਕਿ ਉਹ ਜਲਦ ਹੀ ਜਾਂਚ ਕਰਕੇ ਪਤਾ ਲਗਾ ਰਹੇ ਨੇ ਕਿ ਆਖਿਰਕਾਰ ਕੌਣ ਵਿਅਕਤੀ ਇੱਥੇ ਸੂਰ ਛੱਡ ਕੇ ਗਿਆ ਅਤੇ ਉਸਦਾ ਕੀ ਮਕਸਦ ਹੈ। ਕੁੱਲ ਮਿਲਾ ਕੇ ਕਿਸੇ ਵਿਅਕਤੀ ਵੱਲੋਂ ਇੰਨੇ ਮਹਿੰਗੇ ਭਾਅ ਦੇ ਕੀਮਤੀ ਸੂਰਾਂ ਨੂੰ ਮੁਹੱਲੇ ਵਿੱਚ ਛੱਡ ਕੇ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਛੱਡ ਗਏ ਵੀ ਟੈਂਪੂ ਭਰ ਕੇ ਵੀ ਸਾਨੂੰ ਨਹੀਂ ਪਤਾ ਵੀ ਕੌਣ ਛੱਡ ਗਏ। ਹਾਂ, ਤੇ ਲੋਕਾਂ 'ਚ ਡਰ ਪੈ ਜਾ ਰਿਹਾ ਹੈ। ਹਾਂ, ਡਰ ਪੈ ਰਿਹਾ ਹੈਗਾ। ਕੀ ਕਹਿੰਦੇ ਨੇ? ਵੀ ਐਂ ਕਹਿੰਦੇ ਬਿਮਾਰੀ ਫੈਲ ਸਕਦੀ ਆ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹ ਕਹਿੰਦੇ ਵੀ ਬਿਮਾਰੀ ਨਾ ਵੀ ਫੈਲ ਰਹੇ, ਵੀ ਇਹਨਾਂ ਨੂੰ ਲੈ ਜਾਣਾ, ਵੀ ਇੱਥੇ ਸਾਫ਼ ਸੁਥਰਾ ਰਹੇ। ਸੂਰ ਫਿਰ ਰਹੇ ਨੇ, ਸੂਰ ਨੇ ਕੁਛ, ਉਹਨਾਂ ਦੇ ਨਿੱਕੇ ਨਿੱਕੇ ਬੱਚੇ ਨੇ, ਕੁਛ ਲੋਕ ਤਾਂ ਕਹਿ ਰਹੇ ਨੇ ਵੀ ਕੋਈ ਟੈਂਪੂ 'ਚ ਛੱਡ ਕੇ ਗਿਆ ਇਹਨਾਂ ਨੂੰ। ਅੱਛਾ, ਤੇ ਪਰ ਇਹ ਪਤਾ ਨਹੀਂ, ਕਲੀਅਰ ਨਹੀਂ ਹੈਗਾ ਇਹ ਕਿੱਥੋਂ ਆਏ ਨੇ ਕਿੱਥੇ ਨਾ। ਮਤਲਬ ਇੱਥੇ ਸਾਨੂੰ 18 ਸਾਲ ਹੋ ਗਏ ਰਹਿੰਦਿਆਂ ਨੂੰ, ਅਸੀਂ ਕਦੇ ਸੂਰ ਨਹੀਂ ਦੇਖਿਆ ਵੀ ਕੋਈ ਸੂਰ, ਕਦੇ 12 ਸੂਰ ਫਿਰਦੇ ਹੁਣ। ਮਤਲਬ ਨਿੱਕੇ ਨਿੱਕੇ ਹੁੰਦੇ ਤਾਂ ਦੇਖਦੇ, ਪਿੰਡਾਂ 'ਚ ਦੇਖਦੇ ਹੁੰਦੇ ਪਹਿਲਾਂ, ਮਤਲਬ ਹੁਣ ਕਦੇ ਸੂਰ ਨਹੀਂ ਕੋਈ ਕਿਤੇ ਮਤਲਬ ਉਰੇ ਭਵਾਨੀਗੜ੍ਹ ਦੇ ਵਿੱਚ ਕਿਤੇ ਦੇਖਿਆ ਹੈਗਾ। ਇਹ ਮਤਲਬ ਲੋਕਾਂ ਦੇ ਵਿੱਚ ਸ਼ੱਕ ਹੈ ਵੀ ਇਹ ਪਤਾ ਨਹੀਂ ਕੋਈ ਜਾ ਹੋ ਸਕਦਾ, ਕੋਈ ਇਹਨਾਂ ਨੂੰ ਬਿਮਾਰੀ ਵੀ ਹੋ ਸਕਦੀ ਹੈ ਕੋਈ, ਜਿਹੜਾ ਕੋਈ ਇੰਨੇ ਮਹਿੰਗੇ ਸੂਰਾਂ ਨੂੰ ਛੱਡ ਕੇ ਗਿਆ। ਅਤੇ ਇਸ ਕਰਕੇ ਅਸੀਂ, ਸਾਡੀ ਤਾਂ ਇਹੀ ਮੰਗ ਹੈ ਇਹਨਾਂ ਨੂੰ ਇੱਥੋਂ ਲਿਜਾਇਆ ਜਾਵੇ। ਇੱਥੇ ਮੂੰਹ ਵੀ ਗੰਦ ਫੈਲਾ ਰਹੇ ਨੇ, ਮਿੱਟੀ ਪੜਦੇ ਨੇ, ਹੋਰ ਕਰਦੇ ਨੇ, ਲੋਕਾਂ ਦੇ ਵਿੱਚ ਡਰ ਵੀ ਹੈ ਇਸ ਗੱਲ ਦਾ ਵੀ ਇਹ ਕੀ ਹੈ, ਇਹ ਮਤਲਬ ਕਿਉਂ ਛੱਡੇ ਗਏ ਨੇ, ਵੀ ਇਹਨਾਂ ਨੂੰ ਕੋਈ ਬਿਮਾਰੀ ਹੋ ਸਕਦੀ ਹੈ, ਨਹੀਂ ਇੰਨੇ ਮਹਿੰਗੇ ਮਤਲਬ ਉਹਨਾਂ ਨੂੰ ਕਿਉਂ ਛੱਡੂਗਾ ਕੋਈ। ਅਜੀਤ ਨਗਰ ਦੇ ਵਿੱਚ ਟੈਂਪੂ ਭਰ ਕੇ ਸੂਰਾਂ ਦਾ ਛੱਡ ਗਿਆ, ਕੀ ਮਕਸਦ ਉਹਦਾ, ਕੀ ਕਰਨਾ? ਦੇਖੋ ਜੀ, ਇਹਦੇ ਸਾਨੂੰ ਇਹਦੇ ਬਾਰੇ ਇਹ ਇਨਫੋਰਮੇਸ਼ਨ ਮਿਲੀ ਆ ਵੀ ਹਾਂ, ਇੱਦਾਂ ਕੋਈ ਟੈਂਪੂ ਛੱਡ ਗਿਆ, ਠੀਕ ਹੈ ਜੀ। ਉਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ, ਜਿਹੋ ਜਿਹਾ ਵੀ ਕੋਈ ਨਤੀਜਾ ਸਾਹਮਣੇ ਆਊਗਾ ਉਹਨਾਂ ਦੇ ਵਿਰੁੱਧ ਕਾਰਵਾਈ ਕਰਾਂਗੇ। ਕਿਉਂ ਛੱਡ ਕੇ ਗਏ, ਉਹਨਾਂ ਦਾ ਕਾਰਨ ਕੀ ਸੀ, ਵੀ ਇੱਥੇ ਛੱਡਣ ਦਾ ਕਾਰਨ ਕੀ ਹੈ, ਟੈਂਪੂ ਕੋਈ ਬਿਮਾਰੀ ਨਹੀਂ ਲੱਗੀ ਜਾਂ ਕੋਈ ਹੋਰ ਕੋਈ ਕਾਰਨ, ਉਹਦਾ ਪਤਾ ਕਰਕੇ ਅਸੀਂ ਕਾਰਵਾਈ ਅਮਲ 'ਚ ਲਿਆਵਾਂਗੇ। ਹਾਂਜੀ, ਟੈਂਪੂ ਦੇ ਵਿੱਚ ਇੰਗਲਿਸ਼ ਪਿੱਗ ਬੋਲ ਦਿੰਦੇ ਆ, ਤਾਂ ਹੁਣ ਸੂਰ ਬੋਲਦੇ ਆ ਜੀ। ਹਾਂ, ਮੁਸਲਿਮ ਭਾਈਚਾਰੇ ਨੂੰ ਜਾਨਵਰ ਬੋਲਦੇ ਆ। ਹਾਂਜੀ ਹਾਂਜੀ, ਇਹ ਸਾਨੂੰ ਇਹਦੀ ਪੜਤਾਲ ਚੱਲ ਰਹੀ ਹੈ ਜੀ।